ਇਸ ਤੋਂ ਬਾਅਦ ਮਿੰਟ ਜੀ ਵੈਸ ਤਾਂ ਪਿਛਲੇ ਦਿਨੀ ਮਾਨ ਸਾਹਿਬ ਨੇ ਕਹਨੇ ਕਿ ਥਰਮਲ ਖਰੀਦ ਲਿਆ ਸੀ ਗੋਇੰਦਵਾਲ ਵਾਲੇ ਪਾਸੇ ਤੇ ਪਰ ਉਹਦੇਲੇ ਪਾਸੇ ਬਿਜਲੀ ਸਮਝੌਤੇ ਦੀ ਗੱਲ ਵੀ ਜਿਹੜਾ ਲਗਾਤਾਰ ਹੁੰਦੀ ਰਹੀ ਆ ਕਿ ਬਿਜਲੀ ਸਮਝੌਤੇ ਰੱਦ ਕਰੋ ਜੀ ਹੁਣ ਕਹਨੇ ਕਿ ਬਿਜਲੀ ਸਮਝੌਤੇ ਦੀ ਵੀ ਕਹਨੇ ਕਿ ਜਾਂਚ ਪੜਤਾਲ ਹੋਏਗੀ ਜੀ ਕਹਨੇ ਕਿ ਦੇਖੋ ਕੱਲ ਹਿੰਦੁਸਤਾਨ ਟਾਈਮਸ ਨੇ ਸ਼ਾਪ ਦਿੱਤਾ ਸੀਗਾ ਜੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀਗਾ ਕਿ ਇਹ ਅਕਤੂਬਰ 23 ਤੋਂ ਹੀ ਤਿਆਰੀਆਂ ਚ ਸੀਗੇ ਅੱਛਾ ਜੀ ਇਹਨਾਂ ਨੇ ਵਿਜੀਲੈਂਸ ਨੂੰ ਜਾਂਚ ਪੜਤਾਲ ਦੇਣੀ ਆ ਤੇ ਜਾਂਚ ਪੜਤਾਲ ਜਿਹੜੀ ਆ ਜੀ ਉਹ ਦੇ ਦਿੱਤੀ ਆ ਤੇ ਹੁਣ ਜਿਹੜੇ ਪੀਪੀਏ ਆ ਯਾਨੀ ਪਾਵਰ ਪਰਚੇਸ ਐਗਰੀਮੈਂਟਸ ਨੂੰ ਆਪਾਂ ਕਹਿੰਦੇ ਆ ਕਿ ਜਿਹੜੇ ਉਹ ਪੀਪੀਏਸ ਹੋਏ ਆ ਉਹਨਾਂ ਸਾਰਿਆਂ ਨੂੰ ਲੱਗੇ ਕਿ ਛਾਨਣੀ ਕਿ ਭਾਈ ਕਿੱਥੇ ਕਿਸੇ ਨੇ ਕੀ ਕੀਤਾ ਆ ਉਹ ਸਾਰਾ ਕੁਝ ਨਤਾਰਾ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਮਾਮਲਾ ਅੱਗੇ ਟਰੇਗਾ ਜੀ ਇਹ ਤਾਂ ਕਹਾਣੀ ਇੱਥੋਂ ਤੱਕ ਇਹ ਆ ਜੀ ਇਹ ਕਹਾਣੀ ਇੱਥੇ ਖਤਮ ਹੋ ਜਾਂਦੀ ਆ ਆਪਾਂ ਵੀ ਬੜਾ ਰੋਲਾ ਸੁਣਿਆ ਕਿ ਭਾਈ ਨਿੱਜੀ ਧਰਮਲਾਂ ਦੇ ਵਿੱਚ ਐਨੇ ਦੀ ਕੋਈ 7 ਰੁਪਏ ਯੂਨਿਟ ਕਹੀ ਜਾਂਦਾ ਕੋਈ 17 18 ਤੱਕ ਵੀ ਕਹਿੰਦਾ ਕਿ ਫਿਕਸ ਚਾਰजेस ਜਿਗਣੀ ਐ ਤਾਂ ਇੱਥੋਂ ਤੱਕ ਸਿੱਧੂ ਸਾਹਿਬ ਕਹਿੰਦੇ ਆ ਕਿ ਲਾਈਫਟਾਈਮ ਤੱਕ ਜਿਹੜਾ ਫਿਕਸ ਚਾਰजेस ਦਾ ਉਹ ਤੇ ਸਾਨੂੰ ਪੈ ਜਾਣਾ 60 65 ਹਜ਼ਾਰ ਕਰੋੜ ਰੁਪਈਆ ਜੀ ਮਤਲਬ ਕੋ ਸਾਰਾ ਸ਼ੋਰ ਛੱਪਾ ਪਸ ਸੁਣਿਆ ਹੈ ਜੀ ਤੇ ਉਹਦੇ ਵਿੱਚ ਜਾਖੜ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਤੱਕ ਸਾਰਿਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਠੋਕ ਠੋਕ ਕੇ ਪਰ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਦੇ ਚ ਇੱਕ ਤੀਰ ਨਾਲ ਦੋ ਨਿਸ਼ਾਨੇ ਵੀ ਹੋ ਸਕਦੇ ਨੇ ਮਾਨ ਸਾਹਿਬ ਜੀ ਕਿਵੇਂ ਕਹਾਣੀ ਜਿਵੇਂ ਮੈਂ ਕਿਹਾ ਕਿ ਇਹ ਤੇ ਇੱਥੇ ਖਤਮ ਹੋ ਗਈ ਕਿ ਜਾਂਚ ਸ਼ੁਰੂ ਹੋ ਗਈ ਪਰ ਇਸ ਖਾਤਮੇ ਵਾਲੇ ਪੁਆਇੰਟ ਤੋਂ ਵੀ ਇੱਕ ਕਹਾਣੀ ਸ਼ੁਰੂ ਹੁੰਦੀ ਆ ਨਾ ਕਿ ਪੀਪੀਐਸ ਜਿਹੜੇ ਆ ਉਹ ਕੱਲੇ ਨਿੱਜੀ ਥਰਮਲਾਂ ਦੇ ਨਹੀਂ ਸੋਲਰ ਪਲਾਂਟਾਂ ਦੇ ਵੀ ਆ ਹਾਂਜੀ ਤੇ ਉਸ ਵੇਲੇ ਜਿਹੜਾ ਇਹ ਮੰਤਰਾਲਾ ਸੀ ਤੁਹਾਡੇ ਗਵਾਂਢ ਚ ਲੱਗਾ ਸੀਗਾ ਨਾ ਇੱਕ ਬਹੁਤ ਤਗੜਾ ਸੋਲਰ ਪਲਾਂਟ ਇੱਕ ਨਹੀਂ ਲੱਗੇ ਸਾਡੇ ਵਾਲੇ ਪਾਸੇ ਮਿਲਦਾ ਮੈਂ ਦੱਸ ਵੀ ਦੇਣਾ ਮੈਂ ਜਾਂਦਾ ਰਿਹਾ ਉੱਥੇ ਪ੍ਰੈਸ ਕਾਨਫਰੰਸਾਂ ਕਰਦੇ ਰਿਹਾ ਸੀ ਸਿੱਖੜਾ ਸਿੱਖੜਾ ਲਾ ਤੇ ਪਰਵਾਨ ਵਾਲਾ ਹਾਂਜੀ ਲੱਗੇ ਆ ਨਾ ਹਾਂ ਲੱਗੇ ਆ ਤੇ ਉਸ ਤੋਂ ਬਾਅਦ ਫਿਰ ਸਰਕਾਰ ਚਲੀ ਗਈ ਤੇ ਫਿਰ ਉਹ ਮਿਲਰ ਸ਼ਰ ਪਹਿਲਾਂ ਨਹੀਂ ਤਾਂ ਕਾਲੀ ਸਰਕਾਰ ਤੱਕ ਹੀ ਸੀਮਤ ਰਹੋ ਹਾਂਜੀ ਠੀਕ ਆ ਉਹ ਉੱਥੋਂ ਤੱਕ ਹੀ ਆਪਾਂ ਰਹਿ ਲੈਨੇ ਆ ਉਹਦੇ ਵਿੱਚ ਇੱਕ ਪਿੰਡ 'ਚ ਇਨਵੈਸਟਰਸ ਬਾਹਰ ਦੇ ਵੀ ਸੀਗੇ ਸਾਨੂੰ ਇੱਥੋਂ ਤੱਕ ਵੀ ਪਤਾ ਹੈ ਕਿਉਂਕਿ ਅਸੀਂ ਉਦੋਂ ਉੱਥੇ ਜਾਂਦੇ ਰਹੇ ਹਾਂ ਜੀ ਉਥੇ ਸੁਖਬੀਰ ਸਿੰਘ ਬਾਦਲ ਵੀ ਆਏ ਵਿਕਰਮਜੀਤ ਸਿੰਘ ਵਜੀਠੀਆ ਕਿਉਂਕਿ ਇਹਨਾਂ ਦੇ ਕੋਲ ਮੰਤ్రਾਲਾ ਸੀਗਾ ਜੀ ਠੀਕ ਹੈ ਜੀ ਇਹਨਾਂ ਦੇ ਕੋਲ ਮੰਤ్రਾਲਾ ਸੀਗਾ ਹੁਣ ਗੱਲ ਇਹੋ ਆ ਕਿ ਇਹ ਹੁਣ ਨਾਲੇ ਖਾਹ ਖਰਮਾਨੀਆਂ ਨਾਲੇ ਪੰਨੋ ਬਦੰਬ ਵੀ ਨਾਲੇ ਤਾਂ ਪੀਪੀਐਸ ਦੀ ਜਿਹੜੀ ਹੈਗੀ ਜਾਂਚ ਪੜਤਾਲ ਕਰਾ ਲਓ ਤੇ ਉਹਦੇ ਵਿੱਚ ਸੋਲਰ ਪਲਾਂਟ ਦੀ ਜਿਹੜੀ ਡੀਲ ਹੈ ਉਹ ਵੀ ਲਿਓ ਤੇ ਵਜੀਠੀਆ ਜਿਹੜਾ ਜਿੱਥੇ ਵੀ ਕਿਤੇ ਕੋਈ ਉੰਨੀ ਕੀ ਲੱਗਦੀ ਆ ਉਥੇ ਘਰ ਜਾਏਗਾ ਜੀ ਸੋ ਕਿਤੇ ਨਾ ਕਿਤੇ ਕਹਾਣੀ ਜੜੀ ਆ ਉਹ ਇਧਰ ਨੂੰ ਵੀ ਮੁੜਦੀ ਜਾਪਦੀ ਆ ਬਾਕੀ ਹੁਣ ਪੜਤਾਲ ਤੋਂ ਬਾਅਦ ਪਤਾ ਲੱਗੂਆ ਕੀ ਨਿਕਲਦਾ ਕੀ ਆ ਸੋਚਣੀ ਤੇ ਹਰੇਕ ਬੰਦੇ ਦੀ ਆਪਣੀ ਹੁੰਦੀ ਆ ਨਾ ਨਤੀਜਾ ਜਿਹੜਾ ਕਈ ਵਾਰ ਉਹਦੇ ਹੱਥ 'ਚ ਨਹੀਂ ਹੁੰਦਾ ਜੀ 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 ਤੇ ਇਧਰ ਉਹ ਚੌਧਰੀ ਜੀ ਕਰੇ ਜੀ ਬੀਲਿਸ ਨੂੰ ਉੱਤੇ ਤੱਕ ਨੇ ਕਿ ਗੁਜਰਾਤ ਨੇ ਵੀ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਇਸ 'ਚ ਕੁਝ ਗੱਲਾਂ ਐਡ ਕਰ ਕਰਨਾ ਸੀ ਜੀ ਕਿ ਨੇ ਉਸ ਮੇਂ ਸਰਕਾਰ ਹੋ ਸਕਦਾ ਇਹਨਾਂ ਦੇ ਆਪਣੇ ਤਰਕ ਨੇ ਕਿ ਸਾਡੇ ਇਧਰ ਬਈ ਇਨਵੈਸਟਰਸ ਨਹੀਂ ਆ ਰਹੇ ਸੀਗੇ ਜੀ ਕਹਿੰਦਾ ਜੀ ਤਾਂ ਸਾਨੂੰ ਸ਼ਰਤਾਂ ਮੰਨਣੀਆਂ ਪਈਆਂ ਇਹ ਤੇ ਹੁਣ ਜਾਂਚ ਪੜਤਾਲ ਦਾ ਵਿਸ਼ਾ ਨੇ ਜੀ ਕਹਿਣ ਉਹ ਤੇ ਜਾਬਾਂ ਦਾ ਪੇੜ ਆ ਜੀ ਅਕਾਲੀ ਕਹਿੰਦੇ ਕਿ ਭਈ ਉਦੋਂ ਕੋਈ ਮੂੰਹ ਨਹੀਂ ਸੀ ਕਰ ਰਿਆ ਤੇ ਜ਼ਰੂਰਤ ਵੀ ਬੜੀ ਸੀ ਹੁੰਦੀ ਆਪਾਂ ਗੱਲ ਕੀਤੀ ਆ हां जी हां जी ਤੇ ਇਹ ਦੇਚ ਕੀ ਹੋਇਆ ਕਿਸੇ ਨੇ ਕੀ ਖਾਧਾ ਹੁਣ ਤੁਹਾਡੇ ਹੱਥ ਵਾਸੇ ਹੁਣ ਕਿਉਂ ਘਬਰਾਉਣ ਦੀ ਜ਼ਰੂਰਤ ਆ ਹਾਂਜੀ ਹਾਂਜੀ ਹੁਣ ਤੁਹਾਡੇ ਕਰੋ ਜਾਂਚ ਕਰੋ ਬਿਲਕੁਲ ਜੀ ਜੀ ਹਰਿਸ਼ਤਵਾਰੀ ਜੀ ਕਰਿਆ ਮਜੀਠੀਆ ਸਰਕੂਲ ਸੀਗਾ ਰੀਨਿਊਅਲ એનર્ਜੀ ਡਿਪਾਰਟਮੈਂਟ ਜੀ ਤੇ ਜੀ ਵੀ ਜੀ ਕਰਿਆ ਕਿਨੇ ਕੇ ਜੀ ਅਕਾਲੀ ਫਸਣ ਗਏ ਜੀ ਪੀਪੀਐਚ ਫੇਅਰ ਕਰਨੇ ਕਿ ਭਾਈ ਚਲੋ ਪਤਾ ਲੱਗ ਜਾਏਗਾ ਜਿਹੜਾ ਜਿਹਨੇ ਖਾਧੀਆਂ ਗਾਜਰਾ ਢਿੱਡ ਉਹਦਾ ਪੀੜ ਜੀ ਸਾਨੂੰ ਕੀ ਆ ਜੀ ਸਾਨੂੰ ਕਿਹੜਾ ਕੋਈ ਨਾ ਹਿਸਾਬ ਪੱਤੀ ਦਿੱਤਾ ਕਿ ਅਸੀਂ ਜੇਲ੍ਹ ਚ ਮੁਲਾਕਾਤ ਕਰਨ ਦੀ ਟੈਨਸ਼ਨ ਪਾ ਲਾਂਗੇ ਜੀ ਇਥੇ ਹਜ਼ੂਰ ਸਭ ਨੇ ਪੰਜਾਬੀ ਦੀ ਇੱਕ ਕਹਾਵਤ ਹੈ ਤਾਰੋ ਸੂਰ ਮੇ ਆਪਣੀ ਬਾਹੀਂ ਜੀ ਇਥੇ ਸੁੱਖ ਚ ਤੁਹਾਡੇ ਛੱਤੀ ਮਿੱਤਰ ਆ ਕੇ ਨਾਲ ਖਲੋ ਸਕਦੇ ਆ ਪਰ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਤੁਹਾਨੂੰ ਆਪਣੀਆਂ ਬਾਹਾਂ ਨਾਲ ਹੀ ਤੈਰਨਾ ਪੈਣਾ ਸੋ ਜਦੋਂ ਫਸ ਲਾਉਣੀਆਂ ਹੀ ਪੈਣਗੀਆਂ ਚਾਹੇ ਕੋਈ ਵੀ ਜੀ 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 ਤੇ ਈਵੀਐਮ ਦੇ ਲਈ ਆਪਣੇ ਕੋਲੇ ਸਮਾਂ ਰਹਿ ਗਿਆ ਥੋੜਾ ਜੀ ਈਵੀਐਮ ਦੇ ਉੱਤੇ ਆਪਾਂ ਕੱਲ੍ਹ-ਗੱਲ ਕਰ ਲਾਂਗੇ ਪਰ ਉਸ ਤੋਂ ਬਿਨਾ ਮਿੰਟੂ ਜੀ ਜਾਂਦੇ ਜਾਂਦੇ ਜਿਹੜਾ ਪੰਜਾਬ ਵਾਲੇ ਕਾਂਗਰਸੀ ਕੀ ਕਹਿੰਦੇ ਹੈਗੇ ਇਧਰੋਂ ਵਡਿੰਗ ਸਾਹਿਬ, ਬਾਜਵਾ ਸਾਹਿਬ ਹੋਰੀਆ ਉਹ ਮੰਨਦੇ ਕਿ ਨਹੀਂ ਮੰਨਦੇ ਜੀ ਕਹਿੰਨੇ ਕਿ ਨਹੀਂ ਦੇਖੋ ਖੜਗੇ ਸਾਹਿਬ ਆ ਰਹੇ ਸ਼ਾਇਦ 10 ਨੂੰ ਉਸ ਤੋਂ ਪਹਿਲਾਂ 5 ਨੂੰ ਇੱਕ ਇਹਨਾਂ ਦੀ 1 ਟੂ 1 ਮੀਟਿੰਗ ਹੈ ਜਿਹੜੇ ਪੰਜਾਬ ਦੇ ਨਵੇਂ ਇੰਚਾਰਜ ਬਣੇ ਆ ਜੀ ਦਵਿੰਦਰ ਜੀ ਜੀ ਤੇ ਮਨਾਉਣ ਦਾ ਯਤਨ ਹੋਏਗਾ ਨਾ ਖੜਗੇ ਸਾਹਿਬ ਦੇ ਇੱਥੇ ਆਉਣ ਦਾ ਤਾਂ ਹੀ ਫਾਇਦਾ ਹੈ ਨਾ ਜੀ ਜੇਕਰ ਇਹ ਕਿਸੇ ਇੱਕ ਸੁਰ ਦੇ ਵਿੱਚ ਬੋਲਣਗੇ ਜੀ ਜੇ ਉੱਥੇ ਖੜਗੇ ਤੇ ਸਾਹਮਣੇ ਮੈਂ ਤੇ ਤੁਹਾਨੂੰ ਦੱਸ ਦਿੱਤੀਆਂ ਸੀ ਵਿਚਲੀਆਂ ਕੁਝ ਗੱਲਾਂ ਕਿ ਭਾਈ ਉੱਤੇ ਤੇ ਆਪ ਪਲੈਨਿੰਗ ਉਹਨਾਂ ਦੀ ਚੱਲ ਰਹੀ ਆ ਪਰ ਉਸ ਪਲੈਨਿੰਗ ਨੂੰ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੂੰ ਵੀ ਤੇ ਇੱਕ ਸਾਂਚੇ ਦੇ ਵਿੱਚ ਪਹਿਲਾਂ ਢਾਲਣਾ ਜ਼ਰੂਰੀ ਹੋਏਗਾ ਨਾ ਜੀ 36 ਤੇ ਹੁਣ ਇਹਨਾਂ ਦੇ ਟਾਂਗੇ ਤੇ ਕੈਲ ਘੋੜੇ ਆ ਕੋਈ ਉਧਰ ਨੂੰ ਜ਼ੋਰ ਲਾਈ ਜਾਂਦਾ ਕੋਈ ਉਧਰ ਨੂੰ ਲਾਈ ਜਾਂਦਾ ਚੰਨੀ ਸਾਹਿਬ ਨਾਲ ਬੈਠਕ ਹੋਏਗੀ ਫੇਰ ਸਿੱਧੂ ਸਾਹਿਬ ਨਾਲ ਬੈਠਕ ਹੋਏਗੀ ਫੇਰ ਵੜਿੰਗ ਸਾਹਿਬ ਨਾਲ ਬਾਜਵਾ ਸਾਹਿਬ ਨਾਲ ਰੰਦਾਵਾ ਸਾਹਿਬ ਨਾਲ 1 ਟੂ 1 ਬੈਠਕਾਂ ਹੋਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਮਨਾਇਆ ਜਾਏਗਾ ਸਿੱਧੂ ਸਾਹਿਬ ਨੂੰ ਵੀ ਕਿਹਾ ਜਾਏਗਾ ਇੰਜਨੀਅਰੀ ਕਰੀਂਦੇ ਸੱਜਣਾ ਇੰਜਨੀਅਰੀ ਕਰੀਂਦੇ ਕਿ ਭਾਈ ਇਕੱਠੇ ਚੱਲੋ ਤੇ ਫਿਰ ਇਹ ਯੂਸ ਵਾਲੇ ਨੂੰ ਬਣਾਉਣਗੇ ਜੀ ਬਿਲਕੁਲ ਸਾਰਿਆਂ ਨੂੰ ਮਨਾ ਕੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉੱਤੇ ਜਿਹੜੀ ਇਹਨਾਂ ਦੀ ਅਲਾਈਅੰਸ ਕਮੇਟੀ ਆ ਉਹ ਕੁਝ ਹੋਰ ਸੋਚ ਰਹੀ ਹੈ ਪੰਜਾਬ ਵਾਸਤੇ ਤੇ ਪੰਜਾਬ ਦੇ ਲੀਡਰਸ਼ਿਪ ਜਿਹੜੀ ਕਾਂਗਰਸ ਦੀ ਆ ਉਹ ਤਿਆਰ ਨਹੀਂ ਹੈ ਯਾਨੀ ਵੰਡੇ ਹੋਏ ਧੜਿਆਂ ਦੇ ਵਿੱਚੋਂ ਕੁਝ ਬੰਦੇ ਸਹਿਮਤ ਨੇ ਕੁਝ ਬੰਦੇ ਅਸਹਿਮਤ ਨੇ ਤੇ ਗੱਲ ਇਹ ਆ ਕਿ ਜਿਹੜੇ ਐਸੇ ਵੀ ਬੰਦੇ ਆ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੋਈ ਬਹੁਤੇ ਵੱਡੇ ਚਿਹਰੇ ਨਹੀਂ ਕੌਮੀ ਲੈਵਲ ਤੇ ਪਰ ਇੱਥੇ ਉਹਨਾਂ ਦਾ ਅਸਰ ਹੈਗਾ ਲੋਕਲ ਲੈਵਲ ਤੇ ਤੇ ਉਹਨਾਂ ਦੀ ਵੀ ਇੱਕ ਮੁਟਤਾ ਕਿਤੇ ਨਾ ਕਿਤੇ ਹੈਗੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਲਾਈਅੰਸ ਹੁੰਦਾ ਤੇ ਆਪਾਂ ਇੱਥੋਂ ਨਿਕਲੀਏ ਉਹਨਾਂ ਦੀ ਵੀ ਟੈਨਸ਼ਨ ਆ ਤੇ ਤੁਸੀਂ ਦੇਖਿਆ ਹੋਣਾ ਅੱਜ ਸ਼ਾਇਦ ਖੋਟੇ ਸਾਹਿਬ ਦੇ ਵੀ ਉੱਥੇ ਗਏ ਹੋਏ ਨੇ ਸਿੱਧੂ ਸਾਹਿਬ ਦਰਸ਼ਨ ਬਰਾੜ ਕੋਲੇ ਹਾਂਜੀ ਠੀਕ ਹੈ ਨਾ ਜੀ ਉਹ ਸਭ ਲਾਮਬੰਦੀ ਹੈ ਕਿਉਂਕਿ ਉਹਦੇ ਸੁਪੁੱਤਰ ਨੂੰ ਤੇ ਕੱਢਤਾ ਸੀ ਪਾਰਟੀ 'ਚ ਇਹਨਾਂ ਨੇ ਹਾਂ ਜੀ ਕਮਲਜੀਤ ਸਿੰਘ ਬਾਦੂਤ ਤੇ ਜਾਣਾ ਉਹ ਸਭ ਇਹਨਾਂ ਚੀਜ਼ਾਂ ਦਾ ਹੀ ਕਿਤੇ ਨਾ ਕਿਤੇ ਕਹਿ ਲੋ ਹਿੱਸਾ ਹੈ ਜੋ ਵਾਪਰ ਰਹੀਆਂ ਨੇ ਜੀ ਤਾਂ ਇਹ ਹੁਣ ਗੇਮ ਜਿਹੜੀ ਆ ਉਹ ਅੱਗੇ ਚੱਲੇਗੀ ਸੋ ਖੜਗੇ ਸਾਹਿਬ ਦੇ ਆਉਣ ਤੱਕ ਇਹਨਾਂ ਨੂੰ ਮਨਾਉਣ ਦੀ ਕਵੈਦ ਜਿਹੜੀ ਹੈ ਜਿਹੜਾ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਔਖਾ ਟਾਸਕ ਆ ਉਹ ਇਸ ਵਿਲਨ ਚਾਰਜ ਸਾਹਿਬ ਨੂੰ ਮਿਲਿਆ ਕਿ ਇਹਨਾਂ ਨੂੰ ਮਨਾਓ ਜੀ ਸਭ ਤੋਂ ਉਹਨਾਂ ਨੇ ਕਿਹਾ ਲੋ ਕਿ ਇਸ ਵੇਲੇ ਇੱਕ ਟੈਸਟਿੰਗ ਵੀ ਹੈਗੀ ਕਿ ਬਾਈਕ ਕਿਵੇਂ ਕਰਦੇ ਉਸ ਪ੍ਰੀਖਿਆ ਦੇ ਵਿੱਚ ਤੇ ਦੂਸਰੀ ਗੱਲ ਇਹ ਕਿ ਜਿਹੜੇ ਵਡਿੰਗ ਸਾਹਿਬ ਦੇ ਸਮੇਂ ਦੇ ਵਿੱਚ ਬਾਗੀ ਹੋਏ ਹੈਗੇ ਉਹ ਜਿੱਦਾਂ ਕਿ ਉਹ ਤੁਸੀਂ ਦੱਸ ਹੀ ਦਿੱਤਾ ਕਿ ਸਿੱਧੂ ਸਾਹਿਬ ਨਾਲ ਜਾ ਰਹੇ ਹੈਗੇ ਤੇ ਉਹਨਾਂ ਨੂੰ ਵੀ ਮਨਾ ਕੇ ਲੈ ਕੇ ਆਉਣਾ ਹੈ ਉਹ ਸਾਰੇ ਹਾਂਜੀ ਕਾਫੀ ਕੁਸ਼ਿਆ ਅੰਦਰ ਖਾਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਵੱਡੇ ਲੀਡਰ ਦੀ ਇੱਥੇ ਗੱਲ ਕੁਝ ਹੋਰ ਉੱਥੇ ਗੱਲ ਕੁਝ ਹੋਰ ਉਹ ਇਹਨਾਂ ਦੇ ਗਾਂ ਕੰਨੀ ਪਈ ਫਿਰਦੀ ਆ ਮਤਲਬ ਕਿ ਰੋਲ ਕਚੋਲਾ ਖਾਸਾ ਹੈ ਤਾਂ ਉਸ ਰੋਲ ਕਚੋਲੇ ਨੂੰ ਸ਼ਾਂਤ ਕਰਕੇ ਖੜਗੇ ਸਾਹਿਬ ਆਸਤੇ ਇੱਕ ਵਧੀਆ ਮਾਹੌਲ ਬਣਾ ਕੇ ਕਿ ਭਾਈ ਸਹਿਮਤੀ ਹੋ ਗਈ ਕਿਉਂਕਿ 16 ਨੂੰ ਦੇਖੋ ਇਹਨਾਂ ਦੀ ਯਾਤਰਾ ਸ਼ੁਰੂ ਹੋ ਜਾਣੀ ਹੈ ਰਾਹੁਲ ਗਾਂਧੀ ਹਰਾਂ ਦੀ ਉਸ ਤੋਂ ਪਹਿਲਾਂ ਹਰ ਹਾਲ ਦੇ ਵਿੱਚ ਇਹ ਜਿਹੜਾ ਮਾਨ ਮਨਵਲ ਹੈ ਨਾ ਇਹ ਕਰਨਾ ਲੋਚਦੇ ਆ ਕਿ ਇਸ ਕੰਮ ਨੂੰ ਪਹਿਲਾਂ ਡਨ ਕਰ ਦਈਏ ਉਸ ਤੋਂ ਅਟ ਲੀਸਟ ਜਿਹੜੇ ਆਪਣੀ ਮਤਲਬ ਕਹਿ ਲੋ ਕਿ ਪਾਰਟੀ ਦੇ ਲੀਡਰ ਆ ਕਿ ਉਹਨਾਂ ਨੂੰ ਇੱਕ ਮੂਟ ਕਰ ਲਈਏ ਉਸ ਤੋਂ ਬਾਹਰ ਬਾਕੀ ਦੀ ਗੱਲ ਹੈ ਕੁਝ ਸਟੇਟਾਂ ਦਾ ਮਸਲਾ ਹੈ ਨਾ ਜੀ ਜਿਵੇਂ ਦਿੱਲੀ 'ਚ ਵੀ ਇਹੇ ਪੇਚ ਆ ਪੰਜਾਬ 'ਚ ਵੀ ਇਹ ਆ ਕਿ ਉਸ ਸਾਰੇ ਮਾਹੌਲ ਨੂੰ ਬਣਾ ਲਈਏ ਫਿਰ ਉਸ ਤੋਂ ਬਾਅਦ ਐਲਾਨ ਕਰ ਦਈਏ ਕਿ ਇੰਨਾ ਸਟੇਟਾਂ ਦੇ ਵਿੱਚ ਤੇ ਅਸੀਂ ਸਿੱਧੇ ਵਜਾਂਗੇ ਭਾਜਪਾ ਦੀ ਹਿੱਕ 'ਚ ਜਿਵੇਂ ਰਾਜਸਥਾਨ ਆ ਜੀ ਗੁਜਰਾਤ ਆ ਹਿਮਾਚਲ ਆ ਹਰਿਆਣਾ ਆ ਕਿੰਨਾ ਸਟੇਟਾਂ ਚ ਮੱਧ ਪ੍ਰਦੇਸ਼ ਵੀ ਲਾ ਲੋ ਜੀ ਕਿੰਨਾ ਸਟੇਟਾਂ ਚ ਤਾਂ ਅਸੀਂ ਮਤਲਬ ਕਿ ਸਿੱਧਾ ਸਿੱਧਾ ਹੀ ਟਕਰਾਂਗੇ ਜੀ ਤੇ ਇਹਨਾਂ ਸਟੇਟਾਂ ਚ ਅਸੀਂ ਲਾਇੰਸ ਤੇ ਚਲੇ ਜਾਵਾਂਗੇ ਪੰਜਾਬ ਨੂੰ ਵੀ ਉਹ ਰੱਖੀ ਬੈਠੇ ਆ ਨਾ ਉਸ ਸੂਚੀ ਚ ਕਿ 8-5 ਦੀ ਗੇਮ ਕਰ ਲਈਏ ਜੀ 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 ਬਾਕੀ ਗੇਮ ਅੱਗੇ ਕੀ ਦੀ ਪੈਦੀ ਹੈ ਉਹ ਸਿਆਸਤ پتہ ਲੱਗੇਗਾ ਜੀ